ਲੋਕਾਂ ਨੂੰ ਲੜਾਉਣ ਤੋਂ ਜੇ ਇੱਥੇ ਹਲਕੇ ਤੇ ਉਹਨਾਂ ਲੋਕਾਂ ਨੇ ਕੋਈ ਕੰਮ ਕੀਤਾ ਤੇ ਤੁਸੀਂ ਦੱਸ ਸਕਦੇ ਹੋ। ਭਰਾਵਾਂ ਨੂੰ ਭਰਾਵਾਂ ਨਾਲ ਲੜਾਉਂਦੇ ਸੀ, ਪਿੰਡਾਂ ਦੇ ਵਿੱਚ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਫਿਰ ਮੋਢੇ ਜਿਹੜੇ ਪੈਸੇ ਆ ਉਹ 26 ਦੇ 307 ਦੇ ਇੱਥੋਂ ਤੱਕ ਕਤਲਾਂ ਤੱਕ ਵੀ ਜਿਹੜੇ ਇੱਥੇ ਹਲਕੇ 'ਚ ਕਰਵਾ ਕੇ ਪੈਸੇ ਲੈ ਜਾਂਦੇ ਸੀ। ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਹੈ ਤੁਸੀਂ ਆਪਣੇ ਭਰਾ ਨੂੰ MLA ਬਣਾਇਆ, ਕੋਈ ਭਰਾ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਆਪਣੇ ਹਲਕੇ ਦੇ ਵਿੱਚ ਕੋਈ ਧੱਕੇਸ਼ਾਹੀ ਹੋ ਰਹੀ ਹੈ ਜਾਂ ਕੋਈ ਬੇਨਿਆਈ ਹੋ ਰਹੀ ਹੈ। ਵੀਰੋ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨੂੰ ਬੜਾ ਠੋਕ ਕੇ ਕਿਹਾ ਹੋਇਆ ਕਿ ਭਈ ਇਨਸਾਫ ਕਰਨਾ, ਇੱਥੋਂ ਤੱਕ ਜੇ ਕੋਈ ਝੂਠੀ ਗੱਲ ਹੋ ਗਈ ਉਹਨਾਂ ਨੂੰ ਇਹ ਗੱਲ ਕਿਹਾ ਗਿਆ ਕਿ ਤੁਹਾਨੂੰ ਪੁੱਛਣਾ ਵਾ ਜੇ ਕਿਸੇ ਨੇ ਆ ਕੇ ਸ਼ਿਕਾਇਤ ਕਰਦੀ ਕਿ ਭਈਆ ਤੁਸੀਂ ਝੂਠਾ ਕੰਮ ਕਰਦਾ ਅਤੇ ਤੁਹਾਨੂੰ ਅੱਜ ਸੱਜ ਕੇ ਪੁੱਛਿਆ ਜਾਊਗਾ ਕਿ ਇਹ ਝੂਠਾ 26 ਦਾ ਝੂਠਾ ਪਰਚਾ ਤੁਸੀਂ ਕਿਉਂ ਦਰਜ ਕੀਤਾ। ਇਹ ਵੀਰੋ ਆਮ ਆਦਮੀ ਪਾਰਟੀ ਨੇ ਜਿਹੜਾ ਸੁਪਨਾ ਸਿਰਜਿਆ ਸੀ ਕਿ ਲੋਕ ਸੱਥਾਂ ਦੇ ਵਿੱਚ ਜੁੜ ਕੇ ਬਹਿਣ, ਭੈਣ ਭਰਾ ਪਿੰਡਾਂ ਵਿੱਚ ਬੈਠ ਕੇ ਸਾਡੇ ਮੋਢੇ ਪਰ ਸੱਜਣ, ਨਿਆਂ ਕਰਨ, ਉਹ ਅੱਜ ਸੁਪਨੇ ਨੂੰ ਬੂਰ ਪੈਂਦਾ ਜਿਹੜਾ ਉਹ ਨਜ਼ਰ ਆ ਰਿਹਾ ਉਹ ਤੁਹਾਡੇ ਸਾਹਮਣੇ। ਜਿਸ ਦਿਨ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਖੜਕੜ ਕਲਾ ਸਹੁੰ ਚੁੱਕੀ ਹੈ ਉਸੇ ਦਿਨ ਤੋਂ ਮੇਰਾ ਸਰਕਾਰਾਂ ਵੀ ਉਹ ਜਦੋਂ ਜਾਂਚ ਲੱਗਦੀਆਂ ਉਦੋਂ ਜਾ ਕੇ ਕਿਤੇ ਭਰਤੀ ਕੱਢਦੀਆਂ ਜਾਂ ਭਰਤੀ ਕੱਢਦੀ ਜੀ ਆਹ ਹੁਣ ਭਰਤੀ ਕਰ ਰਹੀ ਹਾਂ ਉਹਨੇ ਚਿਰ ਨੂੰ ਚੋਣ ਜਾਬਤਾ ਲੱਗ ਜਾਂਦਾ। ਅੱਜ ਤੱਕ ਕੋਈ ਭਰਤੀਆਂ ਪਹਿਲੀਆਂ ਸਰਕਾਰਾਂ ਨੇ ਬਹੁਤ ਘੱਟ ਜੋ ਕੀਤੀਆਂ ਵੀ ਹੋਣਗੀਆਂ ਬਹੁਤ ਘੱਟ ਕੀਤੀਆਂ ਅਤੇ ਮਾਨਸਾ ਜਿਸ ਦਿਨ ਦੇ ਮੁੱਖ ਮੰਤਰੀ ਬਣੇ ਆ ਉਸੇ ਦਿਨ ਤੋਂ ਵੀਰੋ ਲੱਗੇ ਹੋਏ ਆ 37,000 ਦੇ ਕਰੀਬ ਨੌਕਰੀ ਪੰਜਾਬ ਦੇ ਵਿੱਚ ਪੰਜਾਬ ਦੇ ਬੱਚਿਆਂ ਨੂੰ ਉਹਨਾਂ ਨੇ ਦਿੱਤੀ ਹੈ ਅਤੇ ਜਿਹੜੇ ਕੱਚੇ ਸਾਡੇ ਇੱਥੇ ਟੀਚਰ ਜਿਹੜੇ ਵਿਚਾਰੇ 2-2, 5-5 ਹਜ਼ਾਰ ਦੇ ਇੱਥੇ ਧੱਕੇ ਖਾਂਦੇ ਫਿਰਦੇ ਸੀ ਅੱਜ ਉਹਨਾਂ ਦੀਆਂ ਤਨਖਾਹਾਂ 25-25, 30-30 ਹਜ਼ਾਰ ਜਿਹੜੀਆਂ 12-15 ਹਜ਼ਾਰ ਬੰਦੇ ਦੀ ਤਨਖਾਹ ਵੱਧ ਕੇ ਵੀਰੋ ਬਹੁਤ ਵੱਡਾ ਸਨਮਾਨ ਉਹਨਾਂ ਟੀਚਰਾਂ ਨੂੰ ਵੀ ਸਰਕਾਰ ਨੇ ਦਿੱਤਾ। ਔਰ ਜਿੱਥੇ ਸਾਡੇ ਕਿਸਾਨ ਭਰਾਵਾਂ ਦੀ ਗੱਲ ਹੈ ਸਤਿਕਾਰਯੋਗ ਵੀਰੋ ਤੁਸੀਂ ਪਿਛਲੇ 1.5 ਸਾਲ ਤੋਂ ਜਿਹੜੀ ਫਸਲ ਵੀ ਇੱਥੇ ਮੰਡੀਆਂ ਦੇ ਵਿੱਚ ਆਈ ਹੈ ਕੋਈ ਟਾਈਮ ਮੇਰੇ ਵੀਰੋ ਕੋਈ ਭਰਾ ਦੱਸੇ ਕਿ ਸਾਨੂੰ ਕੋਈ ਮੰਡੀ ਵਿੱਚ ਬੈਠਣਾ ਪਿਆ ਜਾਂ ਸਾਨੂੰ ਕੋਈ ਰੁਲਣਾ ਪਿਆ। ਜਿਹੜੇ ਜਦੋਂ ਪਹਿਲੀਆਂ ਸਰਕਾਰਾਂ ਵੇਲੇ ਉਹ ਚੰਦ ਕੁ ਸ਼ੈਲਰਾਂ ਨੂੰ ਮਾਰ ਦਿੰਦੇ ਸੀ ਜਿਹੜੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਸੀ ਕਿ ਆਹ ਸ਼ੈਲਰ ਨੇ ਜਿਹੜੇ ਮਾਲ ਚੱਕਣਗੇ। ਇਸ ਗੌਰਮੈਂਟ ਨੇ ਭਰਾਓ ਮਾਨ ਸਾਹਿਬ ਨੇ ਬਹੁਤ ਵੱਡਾ ਫਾਰਮੂਲਾ ਬਣਾਤਾ ਜਿੰਨੀ ਪੰਜਾਬ ਵਿੱਚ ਸ਼ੈਲਰ ਲੱਗੇ ਆ ਚਾਹੇ ਛੋਟਾ ਲੱਗਾ ਚਾਹੇ ਵੱਡਾ ਲੱਗਾ ਸਾਰਿਆਂ ਨੂੰ ਵੰਡ ਕਰਤਾ ਅਤੇ ਜਿੰਨੀ ਕੰਪੈਸਿਟੀ ਉਹਨਾਂ ਦੀ ਸਾਰਾ ਮਾਲ ਜਿਹੜਾ ਉਹਨਾਂ ਨੂੰ ਵੰਡ ਕੇ ਮਿਲਦਾ ਔਨਲਾਈਨ ਮਾਲ ਜਿਹੜਾ ਜਿਹੜੀਆਂ ਮੰਡੀਆਂ ਤੋਂ ਉਹ ਆਪਣੇ ਆਪ ਹੀ ਵੀਰੋ ਚੁੱਕ ਕੇ ਲੈ ਜਾਂਦੇ ਆ। ਆਹ ਪਹਿਲੀ ਵਾਰੀ ਹੋਇਆ ਕਿ ਆਪਣੇ ਹਲਕੇ ਦੇ ਵਿੱਚ ਕੋਈ ਇੰਡਸਟਰੀ ਲੱਗਣ ਲੱਗੀ ਆ। ਆਹ ਤੁਹਾਡੇ ਨੇੜੇ ਹੀ ਮੇਰਾ ਖਿਆਲ 2-3 ਸ਼ੈਲਰ ਜਿਹੜੇ ਆ ਉਹ ਲੱਗਣੇ ਸ਼ੁਰੂ ਹੋਏ ਆ ਜਿਹੜਾ ਵਾਲੇ ਰੋਡ 'ਤੇ। ਇਹ ਮੇਰੇ ਵੀਰੋ ਆਪਣੇ ਇਲਾਕੇ ਦੀ ਮਾਣ ਵਾਲੀ ਗੱਲ ਆ, ਕਿਸਾਨ ਅਤੇ ਮਜ਼ਦੂਰ ਭਰਾਵਾਂ ਲਈ ਮਾਣ ਵਾਲੀ ਗੱਲ ਹੈ। ਸਰਕਾਰਾਂ
ਭਰਾਓ ਜਿਹੜੇ ਵਾਅਦੇ ਕਰਦੇ ਆ, ਵਾਅਦੇ ਗੱਲਾਂ ਬਾਤਾਂ 'ਚ ਰਹਿ ਜਾਂਦੇ ਆ। ਜੇ ਮਾਨ ਸਾਹਿਬ ਨੇ ਕਿਹਾ ਸੀ ਕਿ ਸਰਕਾਰ ਬਣਦੇ ਆ 600 ਯੂਨਿਟ ਜਿਹੜੀ ਬਿਜਲੀ ਹੈ ਉਹ ਫਰੀ ਦੇਵਾਂਗੇ ਆਪਣੇ ਭੈਣ ਭਰਾਵਾਂ ਨੂੰ, ਜਿਸ ਦਿਨ ਦੀ ਸਰਕਾਰ ਬਣੀ ਵੀਰੋ ਪਹਿਲੇ ਦਿਨ ਤੋਂ ਹੀ ਹਰੇਕ ਘਰ ਨੂੰ। ਅੱਜ ਆਪਾਂ ਇੱਥੇ ਅਸਮਾਨੀ ਸਾਹਿਬ ਮੇਰੇ ਬੜੇ ਸੱਜਣ ਆ, ਹੁਣੇ ਬੋਲ ਕੇ ਗਏ ਆ। ਕਈ ਵਾਰੀ ਆਪਾਂ ਗਿਣ ਲੈਂਦੇ ਆ ਆ ਬੈਠੇ ਨੇ ਕਿ ਕੋਈ ਉਹ ਜਿਹੜਾ ਬੰਦਾ ਸੇਵਾ ਕਰਨ ਰਿਹਾ ਹੋਵੇ ਨਾ ਉਹਦੇ ਨਾਲ ਸੇਵਾ ਦੇ ਵਿੱਚ ਹੱਥ ਵਟਾਉਣਾ ਚਾਹੀਦਾ, ਅੱਗੇ ਹੋ ਕੇ ਨਾਲ ਆਪਣਾ ਵੀ ਫਰਜ ਬਣਦਾ। ਜੇ ਸਰਦਾਰ ਸਰਵਨ ਸਿੰਘ ਦੀ ਧੁਨ ਇੰਨੀ ਸੇਵਾ ਕਰ ਰਹੇ ਨੇ, ਇਹਨਾਂ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪ੍ਰੇਰਿਤ ਹੋ ਕੇ ਮੈਂ ਅਤੇ ਮੇਰੇ ਨਾਲ 20-25 ਪਰਿਵਾਰ ਜਿਹੜੇ ਨੇ ਉਹ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਅਤੇ ਉਹ ਇਹਨਾਂ ਦੀ ਸੇਵਾ ਦਾ ਸਦਕਾ ਸ਼ਾਮਿਲ ਹੋਏ ਨੇ। ਉਹਨਾਂ ਨੇ ਤੁਹਾਨੂੰ ਆਪਣੀਆਂ ਪ੍ਰਾਪਤੀਆਂ ਗਿਣਾਈਆਂ। ਵੀਰੋ ਹਾਲੇ ਤਾਂ ਸਮਾਂ ਹੀ ਬੜਾ ਥੋੜ੍ਹਾ ਹੋਇਆ ਹੈ, ਅਜੇ ਬਹੁਤ ਕਾਰਜ ਕਰਨੇ ਨੇ। ਜਿਹੜੀਆਂ ਪਹਿਲੀਆਂ ਪਾਰਟੀਆਂ ਆਪਾਂ ਵੇਖੀਆਂ ਨੇ ਉਹ ਅਵਲ ਤਾਂ ਕੋਈ ਕਾਰਜ ਵਿਕਾਸ ਕਾਰਜ ਕਰਦੀਆਂ ਹੀ ਨਹੀਂ ਸੀ, ਜੇ ਕਰਦੀਆਂ ਸੀ ਤਾਂ ਬਦਲੇ ਸਾਥ ਜਾ ਕੇ ਕੋਈ ਮਾੜਾ ਮੋਟਾ ਸਰੀਰ ਨੂੰ ਲਿਆਉਂਦੀਆਂ ਸੀ। ਅੱਜ ਅਸੀਂ ਵੋਟਾਂ ਲੈਣੀਆਂ ਨੇ ਅਤੇ ਕੁਛ ਨਾ ਕੁਛ ਕਰੀਏ। ਮੇਰੇ ਵੀਰੋ ਇਹਨਾਂ ਪਹਿਲੇ ਦਿਨ ਤੋਂ ਹੀ ਵਿਕਾਸ ਕਾਰਜ ਸ਼ੁਰੂ ਕੀਤੇ ਨੇ, ਜਿਵੇਂ ਸਿਹਤ ਸਹੂਲਤਾਂ ਦੇਣੀਆਂ, ਉੱਚ ਵਿੱਦਿਆ ਮਿਆਰੀ ਵਿੱਦਿਆ ਦੇਣੀ ਅਤੇ ਮਹੱਲਾ ਕਲੀਨਿਕ ਖੋਲ੍ਹਣ ਵਰਗੇ ਹੋਰ ਕਈ ਪ੍ਰੋਜੈਕਟ ਜਿਹੜੇ ਆ ਇਹ ਸਰਕਾਰ ਲੈ ਕੇ ਆਈ ਆ, ਔਰ ਇਹਨਾਂ ਦੀ ਬਦੌਲਤ ਹੀ ਇਹਨਾਂ ਦੀ ਪ੍ਰੇਰਨਾ ਲੈ ਕੇ ਮੈਂ ਆਪਦੇ 20-25 ਪਰਿਵਾਰ ਜਿਹੜੇ ਲੈ ਕੇ ਸਰਕਾਰ ਸਰਵਨ ਸਿੰਘ ਧੁਨ ਦੇ ਨਾਲ ਸ਼ਾਮਿਲ ਹੋਇਆ। ਅਤੇ ਮੈਂ ਇਹਨਾਂ ਨੂੰ ਵਿਸ਼ਵਾਸ ਪਾਉਣਾ ਕਿ ਜਿੱਥੇ ਵੀ ਸਾਡੀ ਲੋੜ ਹੋਊਗੀ ਇਹਨਾਂ ਦੀ ਟੀਮ ਜਿਹੜੀ ਅੱਗੇ ਅੱਗੇ ਕੰਮ ਕਰ ਰਹੀ ਆ, ਮੈਂ ਉਸ ਟੀਮ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਵੀ ਮੈਨੂੰ ਇਹ ਵੀ ਮਾਰਗ ਮਾਰਨਗੇ ਅਸੀਂ ਸਾਰੇ 20-25 ਪਰਿਵਾਰ ਜਿਹੜੇ ਸ਼ਾਮਿਲ ਹੋਏ ਆ ਮੋਢੇ ਨਾਲ ਮੋਢਾ ਜੋੜ ਸ਼ਾਮਿਲ ਹੋਣ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਵਿੱਚ। ਸਾਰਿਆਂ ਨੂੰ ਮੈਂ ਜੀ ਆਇਆ ਆਖਦਾ, ਨਾਲ ਹੀ ਧੰਨਵਾਦ ਕਰਦਾ ਸਰਪੰਚ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਦਾ, ਹਰਚੰਦ ਸਿੰਘ ਹੋਣਾ ਦਾ, ਜਾਂ ਇੱਥੋਂ ਦੀ ਸਾਰੀ ਜਿੰਨੀ ਕੋਟਲੀ ਪਿੰਡ ਦੀ ਜਿਹੜੀ ਸਾਡੀ ਪਹਿਲੀ ਟੀਮ ਆ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਅੱਜ ਇਹ ਪਰਿਵਾਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਹੈ। ਮੈਂ ਇੱਕ ਵਾਰੀ ਫਿਰ ਇਹਨਾਂ ਸਾਰੇ ਭਰਾਵਾਂ ਨੂੰ ਜੀ ਆਇਆ ਆਖਦਾ, ਧੰਨਵਾਦ ਕਰਦਾ ਅਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਂਦਾ। ਚੇਅਰਮੈਨ ਬਣੇ ਨੇ ਸਾਡੇ ਖਹਿਰਾ ਸਾਹਿਬ ਰਣਜੀਤ ਸਿੰਘ ਜੀ ਖਹਿਰਾ, ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਖਾਦੀ ਬੋਰਡ ਦਾ ਚੇਅਰਮੈਨ ਬਣਾ ਕੇ ਨਵਾਜਿਆ। ਉਹ ਮੇਰੇ ਤੋਂ ਪਹਿਲਾਂ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਕੇ ਗਏ।